ਆ ਦੇਖ ਲੋ ਜੀ ਇਹ ਰਾਤੀ ਆਪਣੇ ਪਾਣੀ ਆਇਆ ਮੁਹਾਲੀ ਤਾਂ ਇਹ ਹੁਣ ਬੋਤਲ ਚ ਤਾਂ ਕਿਵੇਂ ਲੱਗ ਜਾਂਦਾ ਇਹਨੂੰ ਬੋਤਲ ਨੂੰ ਜਦੋਂ ਹਲਾਇਆ ਨਾ ਤਾਂ ਮਤਲਬ ਇਹ ਆਪਣਾ ਰੰਗ ਬਦਲਦਾ ਹੈ ਆ ਦੇਖ ਲੋ ਕਿਵੇਂ ਉੱਪਰ ਨੂੰ ਚਾਈ ਜਾਂਦਾ ਮਤਲਬ ਮੁਹਾਲੀ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਕਿ ਲੋਕ ਇਹ ਪਾਣੀ ਪੀਣਗੇ ਕਿ ਕਿਵੇਂ ਬਿਮਾਰ ਕੰਜਨ ਨਹੀਂ ਪਤਾ ਲੱਗਦਾ ਜੇ ਅਸੀਂ ਦੇਖ ਲਿਆ ਰਾਤ ਮੈਂ ਭਰ ਕੇ ਦੇਖਿਆ ਰਤੀ ਵੀ ਇਹਦਾ ਰੰਗ ਕਿਉਂ ਕਿਸੇ ਹੋਰ ਨੇ ਇਹਦਾ ਪਾਣੀ ਕਿਵੇਂ ਦਾ ਕਦੇ ਨਹੀਂ ਇਸ ਨੂੰ ਗੌਰ ਨਾਲ ਦੇਖਿਆ ਕਿਉਂਕਿ ਅਸੀਂ ਤਾਂ ਪੀ ਜਾਣਾ ਤੇ ਇਹ ਮੈਂ ਤਾਂ ਪਣੀ ਜਾਂਦਾ ਇਹ ਬੋਤਲ ਨੂੰ ਜੇ ਆਪਾਂ ਹਲਾਵਾਂ ਵਾਲੀ ਪ੍ਰਸ਼ਾਸਨ ਕੀ ਕਰਾਏ ਵੀ ਲੋਕਾਂ ਨੂੰ ਪਾਣੀ ਪੀ ਜਾਂਦਾ ਉਵੇਂ ਕਹੀ ਜਾਂਦੇ ਕਿ ਬਿਮਾਰੀਆਂ ਫੜਨ ਲਈ ਤਿਆਰ ਹੋ ਰਹੇ ਆਂ ਵਕ ਵਕਤਾਂ ਨੂੰ ਦੀਆਂ ਦਵਾਈਆਂ ਦੇ ਰਹੇ ਆਂ ਆ ਪਾਣੀ ਬੋਤਲ ਦੇਖੋ ਕਿਵੇਂ ਰੰਗ ਬਦਲ ਗਿਆ ਕਿਉਂ ਫ੍ਰਿਜ ਚ ਕੱਢੀ ਹੋਵੇ ਠੰਡਾ ਇਧਰ ਕੈਂਪਰ ਵੀ ਟੈਂਪਰ ਦੇ ਵਿੱਚ ਵੀ ਐਵੇਂ ਹੀ ਇਹ ਹਾਲ ਹੈ। ਉਹ ਤੁਸੀਂ ਦੇਖ ਲਓ نیچے ਕਿਵੇਂ ਮੇ ਭਰੀ ਪਈ ਹੈ। ਮਤਲਬ ਕਿਉਂਕਿ ਦੇਖ ਲਿਆ ਤਾਂ ਤਾਂ ਕਰਕੇ ਤੁਹਾਨੂੰ ਪਤਾ ਲੱਗ ਗਿਆ ਵੀ ਪਾਣੀ ਇੰਨਾ ਕੜੀ ਜਾਂਦਾ। ਤੇ ਕਈਆਂ ਨੂੰ ਨਹੀਂ ਪਤਾ ਲੱਗਦਾ ਹੋਰਾਂ ਤੱਕ ਪਹੁੰਚਦਾ। ਉਹ ਲੋਕ ਬਿਮਾਰ ਨਹੀਂ ਹੁਣ। ਅਸੀਂ ਵੀ ਦਵਾਈ ਭਲੇਖੇ ਨਾਲ ਪੀਤਾ ਮੈਨੂੰ ਵੀ ਇੰਜ ਦਾ ਵੀ ਤਸੀਰ ਦੁਖੀ ਜਾਂਦਾ ਦਰਦ। ਹਾਰ ਦੇ ਪ੍ਰਸ਼ਾਸਨ ਦਾ ਮੁੱਖ ਪ੍ਰਸ਼ਾਸਨ ਦਾ ਪਾਣੀ ਜਿਹੜਾ ਲੋਕਾਂ ਨੂੰ ਪੀਂਹ ਜਾਂਦੇ ਆ ਕੋਈ ਧਿਆਨ ਨਹੀਂ ਦੇਦਾ ਕਿ ਤਰ੍ਹਾਂ ਇਸ